ਉਹ ਸ਼ੁਰੂ ਹੀ ਲਹੂ ਤੋਂ ਕਰਦੇ ਆ। ਪੰਜਾਬ ਦੀ ਧਰਤੀ ਲਹੂ ਚਾਹੁੰਦੀ ਆ, ਲਹੂ ਕਿੱਥੇ ਚਾਹੁੰਦੀ ਹੈ ਜੀ? ਇਹ ਲਹੂ ਨਾਲ ਲਿਖਣ ਵਾਲੇ ਲਫ਼ਜ਼ ਆ, ਕਿੱਥੋਂ ਲਹੂ ਨਾਲ ਲਿਖੀਏ? ਬਥੇਰਾ ਰਾਜਾ ਬੜਿੰਗ ਪਿੱਟਿਆ, ਨਾਂ ਦਿਓ ਨਾਂ ਦਿਓ ਇਹਨਾਂ ਨੂੰ, ਮੰਨੇ ਨੀ ਕਿਸੇ ਦੀ। ਬਥੇਰਾ ਕਿਹਾ ਸੁਖਵਿੰਦਰ ਨੇ ਵੀ ਉਹਨੇ ਅਸੀਂ ਟਕਸਾਲੀਆਂ, ਉਹ ਟਕਸਾਲੀਆਂ ਮੰਨੇ ਹੀ ਨੀ। ਟ੍ਰੇਨਿੰਗ ਨੀਲੇ ਵਾਲੇ ਪਾਸੋਂ ਹੋਈ, ਫਿਰ ਪੀਲੇ ਵਾਲੇ ਪਾਸੇ ਆਏ, ਫਿਰ ਚਿੱਟੇ ਰਹੇ, ਅੱਜ ਕੱਲ ਭਗਵੇਂ ਨੇ ਪਾਰਟੀਆਂ ਕਈ ਬਦਲੀਆਂ। ਸ਼ੇਰ 9 ਬਜਟ ਪੇਸ਼ ਕਰ ਗਿਆ ਜੀ ਇੱਕ ਬੰਦਾ। ਕਾਂਗਰਸ ਵਾਲੇ ਬਜਟ ਤੇ ਬੋਲਦੇ ਮੈਨੂੰ ਤਰਸ ਆਈ ਜਾਂਦਾ ਇਹਨਾਂ ਤੇ। ਤੁਸੀਂ ਤਾਂ ਬਜਟ ਪੇਸ਼ ਕੀਤਾ ਹੀ ਨੀ 5 ਸਾਲ, ਤੁਸੀਂ ਤਾਂ ਡੈਪੂਟੇਸ਼ਨ ਦੇ ਲਿਆਏ ਸੀ ਇੱਕ ਵਿੱਤ ਮੰਤਰੀ, ਉਹ 5 ਬਜਟ ਪੇਸ਼ ਕਰਕੇ ਹੋ ਗਿਆ। ਪੰਗਾ ਤੁਹਾਨੂੰ ਪਾ ਕੇ ਦੇਈ ਜਾਓ ਜਵਾਬ। ਨਹੀਂ ਤਾਂ ਇਦੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਸੀਗੇ ਕਿ ਫਲਸਤੀਨ ਦੀਆਂ ਗੱਲਾਂ ਹੁੰਦੀਆਂ ਸੀ ਬਜਟ 'ਚ, ਇਜ਼ਰਾਈਲ ਦੀਆਂ ਗੱਲਾਂ ਹੁੰਦੀਆਂ ਸੀ ਗਾਜ਼ਾ ਪੱਟੀ ਦੀਆਂ, ਫਰਾਂਸ ਦੀ ਕ੍ਰਾਂਤੀ ਦੀਆਂ, ਅਲਾਮਾ ਇਕਬਾਲ ਦੀਆਂ, ਮਿਰਜ਼ਾ ਗਾਲਿਬ ਦੀਆਂ, ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀਆਂ ਸੀ, ਸਮਝ ਹੀ ਨਹੀਂ ਆਉਂਦੀਆਂ ਸੀ ਜੀ। ਟ੍ਰੇਨਿੰਗ ਮੇਰੀ ਨਹੀਂ ਸੀ ਜੀ, ਟ੍ਰੇਨਿੰਗ ਨੀਲੇ ਵਾਲੇ ਪਾਸੋਂ ਹੋਈ, ਫਿਰ ਪੀਲੇ ਵਾਲੇ ਪਾਸੇ ਆਏ, ਫਿਰ ਚਿੱਟੇ ਰਹੇ, ਅੱਜ ਕੱਲ੍ਹ ਭਗਵੇਂ ਨੇ। ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ, ਸੂਬੇ ਦੀ ਨਵੀਂ ਸਰਕਾਰ ਜੋ ਕਿ ਭਗਵੰਤ ਮਾਨ ਦੀ ਹੈ, ਭਗਵੰਤ ਮਾਨ ਇੱਕ ਅਜਿਹਾ ਲੀਡਰ ਹੈ ਜੋ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਪੰਜਾਬ ਦੇ ਹੱਕਾਂ ਦੇ ਨਾਲ ਨਾਲ ਭ੍ਰਿਸ਼ਟਾਚਾਰ ਵੀ ਖਤਮ ਕਰਦਾ ਜਾ ਰਿਹਾ। ਉੱਥੇ ਹੀ ਭਗਵੰਤ ਮਾਨ ਨੂੰ ਕਈ ਪੁਰਾਣੇ ਸਿਆਸੀ ਲੀਡਰ ਘੇਰ ਲੈਂਦੇ ਹਨ, ਤਾਂ ਭਗਵੰਤ ਮਾਨ ਉੱਥੇ ਫਿਰ ਮੌਕੇ 'ਤੇ ਕਰਦੇ ਹਨ ਲਾਪਾ। ਤੁਸੀਂ ਭਗਵੰਤ ਮਾਨ ਦੇ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ। ਸਾਡੇ ਚੈਨਲ ਦੇ ਨਾਲ ਜੁੜੇ ਰਹਿਣ ਲਈ ਧੰਨਵਾਦ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।